ਧੁਪਾਈ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਦਸਤਾਰ ਲੱਥੀ ਗਈ। ਦੋ ਨੌਜਵਾਨਾਂ ਨੂੰ ਨਸ਼ੀਲੇ ਕੈਪਸੂਲਾਂ ਸਣੇ ਗ੍ਰਿਫਤਾਰ ਜੋ ਕਿ ਕਾਬੂ ਕੀਤਾ ਗਿਆ। ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਾਂ ਪੁਲਿਸ ਦੇ ਮੌਜੂਦਗੀ ਦੇ ਵਿੱਚ ਹੱਥ ਪਾਈ ਹੋਈ ਹੈ। ਇਹ ਹੰਗਾਮਾ ਵੇਖਣ ਨੂੰ ਮਿਲਿਆ ਤਾਂ ਹਮਲਾ ਕਰਨ ਵਾਲਿਆਂ ਦੇ ਖਿਲਾਫ 295 ਏ ਤਹਿਤ ਮਾਮਲਾ ਦਰਜ ਕਰਨ ਦੀ ਜੋ ਕਿ ਹੈ ਮੰਗ ਕੀਤੀ ਜਾ ਰਹੀ ਹੈ। ਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਵੇਂ ਕਲਾਂ ਤੇ ਕਲਾਂ ਦੇ ਵਿੱਚ ਜੋ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ, ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਹੱਥੋਪਾਈ ਹੋਈ ਹੈ। ਹੱਥੋਪਾਈ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਦਸਤਾਰ ਲੱਥੀ ਗਈ ਹੈ। ਤਾਂ ਦੱਸ ਦਈਏ ਕਿ ਅਣਪਛਾਤਿਆਂ ਨੇ ਐਂਟੀ ਡਰੱਗਸ ਟਾਸਕ ਫੋਰਸ ਦੀ ਟੀਮ ਤੇ ਹਮਲਾ ਕੀਤਾ ਸੀ। ਤਾਂ ਮਾਨਸਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਵੇਂ ਕਲਾਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲ ਰਿਹਾ। ਤਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋ ਕਿਸ ਤਰ੍ਹਾਂ ਇਹ ਹੱਥੋਪਾਈ ਕੀਤੀ ਗਈ ਹੈ। ਦਸਤਾਰਾਂ ਇੱਥੇ ਪੱਗਾਂ ਲੱਥੀਆਂ ਗਈਆਂ ਨੇ। ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਾਂ ਹਮਲਾ ਕਰਨ ਵਾਲਿਆਂ ਖਿਲਾਫ ਧਾਰਾ 295 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤਸਵੀਰਾਂ ਜਿੱਥੇ ਮਾਨਸਾ ਤੋਂ ਇਹ ਸਾਹਮਣੇ ਆਈਆਂ ਨੇ ਜਿੱਥੇ ਹੱਥੋਪਾਈ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਦਸਤਾਰ ਲੱਥੀ ਗਈ, ਪੁਲਿਸ ਦੀ ਮੌਜੂਦਗੀ ਦੇ ਵਿੱਚ ਹੱਥੋਪਾਈ ਹੋਈ ਹੈ, ਹੰਗਾਮਾ ਵੇਖਣ ਨੂੰ ਮਿਲਿਆ। ਤਾਂ ਦੱਸ ਦਈਏ ਕਿ ਦੋ ਨੌਜਵਾਨਾਂ ਨੂੰ ਨਸ਼ੀਲਾ ਕੈਪਸੂਲ ਸਣੇ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਣਪਛਾਤਿਆਂ ਦੇ ਵੱਲੋਂ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਖਿਲਾਫ ਚੁੱਕੀ ਹੈ ਹਮਲਾ ਕੀਤਾ ਗਿਆ। ਡਰੱਗ ਇੰਸਪੈਕਟਰ ਨੂੰ ਕਿਉਂ ਨਹੀਂ ਦੇਖਦੇ ਜਿਹੜੇ ਤੁਸੀਂ ਆਮ ਆਮ ਮੁੰਡੇ ਇਹਨੂੰ ਫੜ ਰਹੇ ਹੋ? ਪੈਸੇ ਲੈਂਦੇ ਨੇ, ਹਫ਼ਤੇ ਬੰਨੇ ਹੋਏ ਨੇ। ਆਹਾ ਹੁਣ ਇਹਨਾਂ ਨੇ ਆਪਦੇ ਘਰੇ ਥੋੜੀ ਬਣਾ ਲਏ, ਇਹ ਮੈਡੀਕਲ ਤੋਂ ਲੈ ਕੇ ਆਏ ਨੇ। ਜਿਹੜੇ ਮੈਡੀਕਲ ਤੋਂ ਲੈ ਕੇ ਉਹਨਾਂ ਨੂੰ ਫੜਨ, ਉਹਦੇ ਪਰਚਾ ਪਾਉਣ, ਉਹਦੀ ਦੁਕਾਨ ਜ਼ਬਤ ਕਰਨ, ਉਹਦੀ ਪ੍ਰੋਪਰਟੀ ਜ਼ਬਤ ਕਰਨ। ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਐਂ ਕਹਿੰਦੇ ਹਾਂ, ਕੌਲੀ ਚੱਟ ਚਮਚੇ, ਜਿਹੜੇ ਕੌਲੀ ਚੱਟ ਤੇ ਚਮਚੇ ਨੇ ਜਾਂ ਨਸ਼ਾ ਵੇਚਣ ਵਾਲੇ, ਉਹ ਕਰਦੇ ਨੇ ਸਾਡਾ ਵਿਰੋਧ। ਉਹਨਾਂ ਦੇ ਜਵਾਕਾਂ ਤੱਕ ਇਹ ਜ਼ਹਿਰ ਨਾ ਪਹੁੰਚੇ, ਅਸੀਂ ਉਹਨਾਂ ਦੇ ਜਵਾਕਾਂ ਨੂੰ ਬਚਾਉਣੇ ਆ। ਉਹ ਯਾਰ ਤੁਹਾਡਾ ਪਿਓ ਦਿੰਦੇ ਇੱਥੇ ਗਏ ਸੂ, ਬੁੱਚੜਾ ਬੁੱਚੜਾ, ਤੇਰੀ ਸਰਕਾਰ ਨੇ ਸਾਡੇ ਜਵਾਕ ਬਰਬਾਦ ਕਰਤਾ, ਜਮੇ ਹੀ ਖੁੱਲਾ ਕਰਤਾ। ਆਹ ਬਾਬਰ ਸ਼ੇਰ ਦੇਖੀ, ਆਹ ਵੇਖ ਵਿਚਾਲੇ ਧਰ ਕੇ ਲੈ ਕੇ ਆਏ ਆ, ਜਿਵੇਂ ਇਹਨਾਂ ਦੇ ਪਿਓ ਦਾ ਰਾਜ ਹੁੰਦਾ। ਓਏ ਪੁਲਿਸ ਵਾਲੇ ਕਿੱਥੇ ਲੱਗ ਕੇ ਤੁਹਾਡੇ ਚਲਾਨ ਕੱਟ ਦਿੰਦੇ ਹੋ ਕਿਸੇ ਜਵਾਕਾਂ ਨੇ? ਓਏ ਆਹ ਜਵਾਕਾਂ ਨੂੰ ਕੀ ਕਰਨਗੇ? ਇਹਨਾਂ ਨੂੰ ਕਿਤੇ ਨੀ ਰੋਕਿਆ, ਆਪਾਂ ਕਹਿੰਦੇ ਹੋ ਸਾਡੇ ਜਵਾਕਾਂ ਨੂੰ ਬਾਹਰ ਤੋਰਤਾ, ਨਸ਼ਿਆਂ ਤੇ ਲਾਤਾ, ਧਰਮ ਪਰਿਵਰਤਨ ਹੋ ਗਿਆ ਤੇ ਸਾਡੇ ਨੀ ਰਹੇ। ਮੈਂ ਕਹਿੰਦਾ 50 ਹੱਥ ਜੋੜ ਕੇ ਓਏ ਓਏ ਜਾਗ ਪੋ ਜਾਗ ਪੋ, ਜੇ ਤੁਹਾਡੇ ਤੇ ਹਿੰਮਤ ਹੈਗੀ ਆ ਤਾਂ ਜਵਾਕ ਬਚਾ ਲਓ। ਰੁਕ ਕਰਾਂਗੇ, ਸਾਡੇ ਸਹਿਯੋਗੀ ਨਵਦੀਪ ਸਰ ਨਾਲ ਜੁੜ ਚੁੱਕੇ ਨੇ। ਜੀ ਨਵਦੀਪ, ਸਭ ਤੋਂ ਪਹਿਲਾਂ ਜਾਣਾਂਗੇ ਕਿ ਕੁਝ ਪੂਰਾ ਮਾਮਲਾ ਹੈ ਤੇ ਦਸਤਾਰਾਂ ਲੱਥੀਆਂ ਗਈਆਂ ਨੇ। ਬਹੁਤ ਗੰਭੀਰ ਮਾਮਲਾ ਵੇਖਣ ਨੂੰ ਮਿਲ ਰਿਹਾ, ਤਾਂ ਹੁਣ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ?
ਮੁੜ ਤੋਂ ਸੰਪਰਕ ਕਰਾਂਗੇ ਸਹਿਯੋਗੀ ਨਵਦੀਪ ਦੇ ਵੱਲ। ਤਾਂ ਦੱਸ ਦਈਏ ਕਿ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਮਾਨਸਾ ਤੋਂ, ਤਸਵੀਰਾਂ ਸਾਹਮਣੇ ਇਹ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ ਤੇ ਜਿਸ ਤੋਂ ਬਾਅਦ ਅਣਪਛਾਤਿਆਂ ਦੇ ਵੱਲੋਂ ਡਰੱਗ ਸਪੈਸ਼ਲ ਟਾਸਕ ਫੋਰਸ ਤੇ ਹਮਲਾ ਕੀਤਾ ਗਿਆ। ਤਾਂ ਇਹ ਤਸਵੀਰਾਂ ਜਿੱਥੇ ਮਾਨਸਾ ਤੋਂ ਸਾਹਮਣੇ ਆਈਆਂ, ਤਾਂ ਰੁੱਖ ਕਰਾਂਗੇ। ਤਾਂ ਸਾਡੇ ਸਹਿਯੋਗੀ ਨਵਦੀਪ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਜੀ ਨਵਦੀਪ, ਇੱਥੇ ਦਸਤਾਰਾਂ ਲੱਤੀਆਂ ਗਈਆਂ ਨੇ, ਤਸਵੀਰਾਂ ਜੋ ਸਾਹਮਣੇ ਆਈਆਂ ਨੇ, ਕੀ ਕੁਛ ਪੂਰਾ ਮਾਮਲਾ ਹੈ ਤੇ ਨਾਲ ਪੁਲਿਸ ਦੇ ਵੱਲੋਂ ਕੀ ਕੁਛ ਕਾਰਵਾਈ ਕੀਤੀ ਜਾ ਰਹੀ ਹੈ? ਹੁਣ ਬਿਲਕੁਲ ਅਨਾਮਿਕਾ ਦੱਸਣਾ ਚਾਹਾਂਗਾ ਕਿ ਮਾਨਸਾ ਦੇ ਨੌਜਵਾਨ ਪਰਵਿੰਦਰ ਝੂਟਾ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਮੁਹਿੰਮ ਛੇੜੀ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਪਰਵਿੰਦਰ ਝੂਟਾ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਬਹੁਤ ਵੱਡੇ ਧਰਨੇ ਤੋਂ ਬਾਅਦ ਹੈ ਜਿਹੜਾ ਮਾਨਸਾ ਪੁਲਿਸ ਨੇ ਪਰਵਿੰਦਰ ਝੂਟਾ ਨੂੰ ਛੱਡ ਦਿੱਤਾ ਗਿਆ ਸੀਗਾ, ਔਰ ਹੁਣ ਪਰਵਿੰਦਰ ਝੂਟਾ ਲਗਾਤਾਰ ਐਂਟੀ ਟਾਸਕ ਫੋਰਸ ਬਣਾ ਕੇ ਜਿਹੜਾ ਨਸ਼ਾ ਤਸਕਰਾਂ ਨੂੰ ਦਬੋਚ ਪਿਆ ਤੇ ਪੁਲਿਸ ਦੇ ਹਵਾਲੇ ਕਰਦਾ, ਉਹਦੀ ਇੱਕੋ ਹੀ ਆਵਾਜ਼ ਹੁੰਦੀ ਹੈ ਕਿ ਜੋ ਕੁਛ ਪਰਵਿੰਦਰ ਝੂਟਾ ਜਾਂ ਮਾਨਸਾ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ, ਤਾਂ ਮਾਨਸਾ ਪੁਲਿਸ ਕਿਉਂ ਨੀ ਖੁਦ ਜਿਹੜਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ? ਇਸੇ ਸਿਲਸਿਲੇ ਵਿੱਚ ਹੀ ਕੱਲ ਜਿਹੜਾ ਪਿੰਡ ਭੰਮਾ ਵਿਖੇ ਪਰਵਿੰਦਰ ਝੂਟਾ ਤੇ ਉਸਦੀ ਟੀਮ ਵੱਲੋਂ ਨਸ਼ਾ ਤਸਕਰਾਂ ਨੂੰ ਦਬੋਚਿਆ ਗਿਆ ਸੀ, ਜਿੱਥੇ ਵੱਡੀ ਗਿਣਤੀ ਵਿੱਚ ਜਿਹੜੇ ਨਸ਼ੇ ਨਸ਼ੀਲੇ ਕੈਪਸੂਲ ਜਿਹੜੇ ਬਰਾਮਦ ਕੀਤੇ ਗਏ ਸੀਗੇ, ਜਿਸ ਤੋਂ ਬਾਅਦ ਜਿਹੜਾ ਨਸ਼ਾ ਤਸਕਰਾਂ ਨੇ ਜਿੱਥੇ ਇਸ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਦਬੋਚ ਲਿਆ ਸੀ, ਉੱਥੇ ਹੀ ਜਿਹੜੇ ਨਸ਼ਾ ਤਸਕਰਾਂ ਨੇ, ਕਿਉਂਕਿ ਬਾਰ ਬਾਰ ਪਰਵਿੰਦਰ ਝੂਟਾ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰਵਾਉਂਦਾ ਪੁਲਿਸ ਕੋਲ, ਤਾਂ ਨਸ਼ਾ ਤਸਕਰਾਂ ਵੱਲੋਂ ਪਰਵਿੰਦਰ ਝੂਟਾ ਦੀ ਟੀਮ ਉੱਪਰ ਜਿਹੜਾ ਹਮਲਾ ਕਰ ਦਿੱਤਾ ਗਿਆ ਸੀ, ਉਹਦੀਆਂ ਦਸਤਾਰਾਂ ਅਤੇ ਹੋਰ ਜਿਹੜੇ ਕਾਫ਼ੀ ਜਿਹੜੀ ਪੀਆਰ ਵੀ ਕੀਤੀ ਗਈ ਸੀ। ਉਸ ਤੋਂ ਬਾਅਦ ਹੁਣ ਮਾਨਸਾ ਦੇ ਥਾਣਾ ਝਨੀਰ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਆ, ਜਿਸ ਵਿੱਚ ਇੱਕ 188 ਧਾਰਾ ਦੇ ਅਧੀਨ ਹੈ ਜਿਹੜਾ ਨਸ਼ੇ ਦੇ ਕੈਪਸੂਲਾਂ ਦਾ ਜਿਹੜਾ ਵੇਚ ਰਹੇ ਸੀ, ਉਹਨਾਂ ਤੇ ਦੋ ਵਿਅਕਤੀਆਂ ਤੇ ਪਰਚਾ ਦਰਜ ਕੀਤਾ, ਅਤੇ 295 ਏ ਅਤੇ ਹੋਰ ਧਾਰਾ ਦੇ ਅਧੀਨ ਹੈ ਜਿਹੜਾ ਚਾਰ ਨੌਜਵਾਨ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਪਰਵਿੰਦਰ ਝੂਟਾ ਦੀ ਟੀਮ ਤੇ, ਉਹਨਾਂ ਤੇ ਪਰਚਾ ਦਿੱਤਾ ਤੇ ਚਾਰੋ ਜਿਹੜੇ ਆਰੋਪੀ ਹੈ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੀ ਨਾਨਕਾ ਜੀ, ਨਵਦੀਪ, ਦੋਵਾਂ ਪਛਾਤਿਆਂ ਦੇ ਜੋ ਕੀ ਹੈ ਹਮਲਾ ਕੀਤਾ ਗਿਆ ਟੀਮ ਤੇ, ਤੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ, ਤੇ ਹੋਰ ਕਿੰਨੂ ਕੁ ਜੋ ਕਿ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ? ਬਿਲਕੁਲ, ਉਹਨਾਂ ਦੀ ਪਛਾਣ ਕਰ ਲਈ ਗਈ ਸੀ। ਇਹ ਧਾਰਾ 295 ਏ ਅਤੇ ਹੋਰ ਧਾਰਾ ਦੇ ਅਧੀਨ ਹੈ, ਜਿਹੜਾ ਚਾਰ ਨੌਜਵਾਨਾਂ ਤੇ ਪਰਚਾਦਾਰੀ ਕੀਤਾ ਗਿਆ ਸੀ, ਔਰ ਚਾਰਾਂ ਨੌਜਵਾਨਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ। ਔਰ ਝਨੀਰ ਪੁਲਿਸ ਦੇ SHO ਨੇ ਦੱਸਿਆ ਕਿ ਉਹਨਾਂ ਨੇ ਜਿਹੜੇ ਹਮਲਾਵਰ ਸੀਗੇ ਚਾਰੋ ਗ੍ਰਿਫ਼ਤਾਰ ਕਰ ਲਏ ਗਏ ਆ, ਤੇ ਨਸ਼ਾ ਤਸਕਰਾਂ ਵਿੱਚ ਦੋ ਦੀ ਪਹਿਚਾਣ ਕਰਕੇ ਉਹਨਾਂ ਦੇ ਵੀ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ, ਤੇ ਹੋਰ ਵੀ ਅਗਰ ਕੋਈ ਵੀ ਇਸ ਵਿੱਚ ਕਿਸੇ ਦੀ ਮਿਲੀ ਭੁਗਤ ਮਿਲੀ ਤਾਂ ਉਹਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜੀ ਜੀ ਨਵਦੀਪ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਦੇ ਵਿੱਚ ਸਾਂਝ ਪਾਉਣ ਦੇ ਲਈ। ਤਾਂ ਮਾਨਸਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਦੋ ਨੌਜਵਾਨਾਂ ਨੂੰ ਨਸ਼ੀਲੇ ਕੈਪਸੂਲਾਂ ਸਣੇ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਇਹ ਪਿੰਡ ਭੰਮੇ ਕਲਾਂ ਦੇ ਵਿੱਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਤਾਂ ਇਸ ਦੌਰਾਨ ਚੁੱਕੀ ਅਣਪਛਾਤਿਆਂ ਦੇ ਵੱਲੋਂ ਐਂਟੀ ਡਰੱਗ ਟਾਸਕ ਫੋਰਸ ਤੇ ਹਮਲਾ ਵੀ ਕੀਤਾ ਗਿਆ।